ਵੈਨਕੂਵਰ ਦੇ ਵਿੱਚ ਘਰਾਂ ਦੇ ਜਿਹੜੀਆਂ ਕਿਰਾਏ ਨੇ ਆਮ ਤੌਰ ਦੇ ਉੱਤੇ 30% ਬੰਦੇ ਦਾ ਹਿੱਸਾ ਘਰ ਦੇ ਜਾਂ ਕਿਰਾਏ ਵਿੱਚ ਜਾਵੇ ਜਾਂ ਮੌਰਗੇਜ ਦੇ ਵਿੱਚ ਜਾਵੇ ਠੀਕ ਮੰਨਿਆ ਜਾਂਦਾ। ਜੇ ਕੋਈ ਬੰਦਾ ਜਿਹੜਾ $10,000 ਕਮਾਉਂਦਾ ਆ ਉਹਦਾ $3,000 ਜਾਂ ਜੇ ਕੋਈ $5,000 ਕਮਾਉਂਦਾ ਤਾਂ ਉਹਦਾ $1,500 ਇੱਧਰ ਜਾਣਾ ਚਾਹੀਦਾ, ਇਹ ਤੋਂ ਜ਼ਿਆਦਾ ਨਹੀਂ ਬਾਕੀ ਜਿਹੜੇ ਖਰਚਿਆਂ ਦੇ ਵਿੱਚ ਜਾਣਾ ਚਾਹੀਦਾ, ਪਰ ਹੋ ਇੱਦਾਂ ਨਹੀਂ ਰਿਹਾ। ਜੇ ਕਿਰਾਏ ਦੇ ਵਿੱਚ ਤੁਹਾਡੀ ਅੱਧੀ ਆਮਦਨ ਜਾਈ ਜਾਂਦੀ ਹੈ ਤਾਂ ਤੁਸੀਂ ਬਾਕੀ ਖਰਚੇ ਕਿੱਥੋਂ ਕਰੋਗੇ? ਔਰ ਸਭ ਤੋਂ ਵੱਡੀ ਸਮੱਸਿਆ ਕਿ ਲੋਕ ਘਰ ਕਦੋਂ ਲੈਣਗੇ? ਕਦੇ ਇਹ ਗੱਲਬਾਤ ਆਮ ਤੌਰ 'ਤੇ ਲੋਕ ਕਹਿੰਦੇ ਆ ਵੀ ਇਹ ਘਰ ਲੈਣਾ ਸਦਾ ਹੀ ਔਖਾ ਕੰਮ ਹੁੰਦਾ, ਜਦੋਂ ਵੀ ਕਿਸੇ ਨੇ ਲਿਆ ਔਖੇ ਹੋ ਕੇ ਲਿਆ, ਜਿਨ੍ਹਾਂ ਨੇ ਅੱਜ ਤੋਂ 30 ਸਾਲ ਪਹਿਲਾਂ ਲਿਆ ਸੀ ਉਹਨਾਂ ਨੇ ਵੀ ਸੌਖੇ ਨਹੀਂ ਸੀ ਲਿਆ, ਇੱਕ ਵਾਰੀ ਔਖੇ ਹੋਏ ਸੀ, ਪਰ ਹੁਣ ਸੱਚਮੁੱਚ ਘਰ ਲੈਣਾ ਔਖਾ ਆ। ਆਮਦਨ ਅਤੇ ਖਰਚੇ ਦੇ ਹਿਸਾਬ ਨਾਲ ਅਤੇ ਘਰਾਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਘਰ ਲੈਣਾ ਕਿਤੇ ਜ਼ਿਆਦਾ ਔਖਾ ਆ ਪਹਿਲੇ ਸਮੇਂ ਨਾਲੋਂ। ਹੋਮ ਓਨਰਸ਼ਿਪ ਵੈਨਕੂਵਰ ਦੇ ਵਿੱਚ ਕਾਫੀ ਜ਼ਿਆਦਾ ਔਖੀ ਹੋ ਗਈ ਆ, ਆਊਟ ਆਫ ਰੀਚ ਹੀ ਹੋ ਗਈ ਆ ਕਹਿ ਲਓ। ਇੱਕ ਜਿਹੜੀ ਨਵੀਂ ਰਿਪੋਰਟ ਆਈ ਆ ਰੋਇਲ ਲੀ ਪੇਜ ਦੀ ਰਿਪੋਰਟ ਆ, ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ 27% ਜਿਹੜੇ ਰੈਂਟਰ ਨੇ ਸਿਟੀ ਦੇ ਵਿੱਚ ਉਹ ਅੱਧੇ ਤੋਂ ਜ਼ਿਆਦਾ ਆਮਦਨ ਜਿਹੜੀ ਉਹ ਰੈਂਟਲ ਕੋਸਟ ਦੇ ਵਿੱਚ ਦੇ ਰਹੇ ਆ, ਅਤੇ ਇਹ ਨੈਸ਼ਨਲ ਐਵਰੇਜ ਤੋਂ ਅਬਵ ਆ। ਨੈਸ਼ਨਲ ਐਵਰੇਜ ਜਿਹੜੀ 16% ਚਾਹੀ ਹੈਗੀ ਆ, ਅਤੇ ਵੈਨਕੂਵਰ ਦੇ ਵਿੱਚ 27% ਆ। ਪੂਰੇ ਕੈਨੇਡਾ ਦੇ ਵਿੱਚ 16% ਇਹੋ ਜਿਹੇ ਲੋਕ ਆ ਜਿਨ੍ਹਾਂ ਦੀ ਅੱਧੀ ਆਮਦਨ ਕਿਰਾਏ ਦੇ ਵਿੱਚ ਜਾ ਰਹੀ ਹੈ, ਅਤੇ ਇਕੱਲੇ ਵੈਨਕੂਵਰ ਨੂੰ ਜੇਕਰ ਦੇਖੀਏ ਤਾਂ 27% ਇਹੋ ਜਿਹੇ ਲੋਕ ਆ ਜਿਨ੍ਹਾਂ ਦੀ ਆਮਦਨ ਜਿਹੜੀ ਆ ਅੱਧੀ ਤੋਂ ਜ਼ਿਆਦਾ ਉਹ ਕਿਰਾਏ ਦੇ ਵਿੱਚ ਜਾ ਰਹੀ ਹੈ। ਇਹ ਜਿਹੜੇ ਬੀ ਸੀ ਦੇ ਵਿੱਚ ਰਹਿੰਦੇ ਆ 23% ਆਪਣਾ 30% ਜਿਹੜੀ ਆ ਉਹ ਆਮਦਨ ਰੈਂਟ ਦੇ ਉੱਤੇ ਕਹਿੰਦੇ ਆ, 42% ਜਿਹੜੇ ਉਹ 31-50% ਸਪੈਂਡ ਕਰ ਰਹੇ ਆ। ਸੋ ਵੱਡਾ ਨੰਬਰ ਆ ਇਹ ਰਿਪੋਰਟ। ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਪਤਾ ਲੱਗਦਾ ਕਿ ਜਿਹੜੇ ਚੌਥਾ ਹਿੱਸਾ ਰੈਂਟਰ ਨੇ ਬੀ ਸੀ ਦੇ ਵਿੱਚ ਉਹ ਪਲੈਨ ਕਰ ਰਹੇ ਆ ਕਿ ਅਸੀਂ ਅਗਲੇ 2 ਸਾਲਾਂ ਦੇ ਵਿੱਚ ਪ੍ਰੋਪਰਟੀ ਪਰਚੇਜ਼ ਕਰਨੀ ਹੈ, ਬਾਏ ਕਰਨੀ ਹੈ। ਹੁਣ ਦੂਜਾ ਇਹ ਆ ਕਿ ਇਹਦੇ ਨਾਲ ਹੋਊਗਾ ਕੀ? ਹੁਣ ਕਿਉਂਕਿ ਰੈਂਟਲ ਸਪਲਾਈ ਦੇ ਵਿੱਚ ਕਾਫੀ ਬੂਸਟ ਹੋਇਆ ਆ, ਜਿਹੜੇ ਸੈਗਮੈਂਟ ਦੇ ਵਿੱਚ ਇੰਪਰੂਵਮੈਂਟ ਦੇ ਕਾਫੀ ਜਿਹੜੇ ਹੋਈ ਆ, ਅਤੇ ਉਹ ਦੂਜੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ। ਸੋ ਉਸ ਹਿਸਾਬ ਦੇ ਨਾਲ ਹੁਣ ਜਿਹੜੇ ਰੋਇਲ ਲੀ ਪੇਜ ਦੀ ਇਹ ਰਿਪੋਰਟ ਦੱਸਦੀ ਹੈ ਕਿ ਇੱਥੇ ਹਾਲਤ ਥੋੜ੍ਹੀ ਜਿਹੀ ਜ਼ਿਆਦਾ ਚਿੰਤਾਜਨਕ ਆ। ਸੋ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਦੇ ਲਈ ਔਖਾ ਹੋਇਆ ਪਿਆ ਇੱਥੇ ਰਹਿਣਾ, ਰਹਿ ਕੇ ਜਿਹੜਾ ਬਚਾਉਣਾ ਅਤੇ ਉਹਦੇ ਤੋਂ ਬਾਅਦ ਉਹਦੇ ਨਾਲ ਘਰ ਲੈਣਾ। ਸੋ ਇਹ ਸਾਰੀਆਂ ਗੱਲਾਂ ਲਗਭਗ ਇਸ ਵੇਲੇ ਵੈਨਕੂਵਰ ਦੇ ਵਿੱਚ ਜਿਹੜੀਆਂ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਦੱਸੀਆਂ ਜਾ ਰਹੀਆਂ। ਐਵਰੇਜ ਰੈਂਟ ਵੈਨਕੂਵਰ ਦੇ ਵਿੱਚ 2 ਬੈਡਰੂਮ ਦੇ ਯੂਨਿਟ ਦਾ ਅਕਤੂਬਰ 2023 ਦੇ ਵਿੱਚ 8.6% ਜ਼ਿਆਦਾ ਸੀ 1 ਸਾਲ ਪਹਿਲਾਂ ਨਾਲੋਂ, ਜਿਹੜੀ CHMC ਦੀ ਰਿਪੋਰਟ ਆ। ਵੈਨਕੂਵਰ ਦਾ ਰੇਟ 0.9% ਦੋਵੇਂ ਜਿਹੜੇ ਹੈਗੇ ਆ ਪਰਪਸ ਬਿਲਟ ਰੈਂਟਲ ਬਿਲਡਿੰਗਸ ਦੇ ਵਿੱਚ ਜਾਂ ਕੌਂਡੋਮੀਨੀਅਮ ਅਪਾਰਟਮੈਂਟਸ ਦੇ ਵਿੱਚ ਜ਼ਿਆਦਾ ਦੱਸਿਆ ਜਾ ਰਿਹਾ। ਰਿਪੋਰਟ ਇਹ ਵੀ ਕਹਿੰਦੀ ਆ ਕਿ 2 ਬੈਡਰੂਮ ਦਾ ਯੂਨਿਟ ਵਿਕਟੋਰੀਆ ਦੇ ਵਿੱਚ 7.9% ਮਹਿੰਗਾ ਹੋਇਆ ਲਾਸਟ ਈਅਰ ਨਾਲੋਂ। ਸੋ ਇਹ ਸਾਰੀਆਂ ਗੱਲਾਂ ਰਲਾ ਮਿਲਾ ਕੇ ਦੱਸਦੀਆਂ ਕਿ ਵੈਨਕੂਵਰ ਦੇ ਵਿੱਚ ਹਾਲਤ ਚਿੰਤਾਜਨਕ ਆ। ਆਮ ਤੌਰ ਦੇ ਉੱਤੇ ਹੁੰਦਾ ਕੀ ਆ, 30% ਰੂਲ ਹੁੰਦਾ ਇੱਕ। 30% ਰੂਲ ਦਾ ਮਤਲਬ ਇਹ ਦੱਸਦੇ ਆ ਇਹ ਜਿਹੜਾ ਇਹ ਸੁਜੈਸਟ ਕਰਦਾ ਕਿ ਤੁਹਾਡੀ ਸਪੈਂਡਿੰਗ, ਤੁਹਾਡੀ ਆਮਦਨ ਦੀ ਜਿਹੜੀ ਗਰੋਸ ਮੰਥਲੀ ਇਨਕਮ ਆ ਤੁਹਾਡੀ ਜਿਹੜੀ, ਉਹ ਤੁਹਾਡੇ ਕੋਲ ਕਿਸੇ ਵੀ ਹਾਊਸਿੰਗ ਕੋਸਟ ਦੇ ਉੱਤੇ ਤਾਂ ਰੈਂਟ ਦੇ ਉੱਤੇ 30% ਤੋਂ ਜ਼ਿਆਦਾ ਨਹੀਂ ਜਾਣਾ ਚਾਹੀਦਾ। ਇਹ 30% ਦਾ ਰੂਲ ਇਹ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ। ਬਹੁਤ ਪਹਿਲਾਂ ਪਬਲਿਕ ਹਾਊਸਿੰਗ ਰੈਗੂਲੇਸ਼ਨ ਸੀਗੇ ਇਹ 1960 ਦੇ ਵਿੱਚ, 1980 ਦੇ ਵਿੱਚ, ਜਿਹੜੇ ਦੱਸਦੇ ਸੀ ਕਿ 25-30% ਜਿਹੜੀ ਆ ਇਨਕਮ ਆ ਇਧਰਲੇ ਪਾਸੇ ਜਾਣੀ ਚਾਹੀਦੀ। ਕੁਛ ਲੋਕ ਕਹਿੰਦੇ ਵੀ ਹੁਣ ਨਹੀਂ ਇਹ ਰੂਲ ਰਹਿ ਗਿਆ, ਇਹ ਰੂਲ ਤਾਂ ਬਹੁਤ ਚਿਰ ਦਾ
ਖਤਮ ਹੋ ਗਿਆ ਜਾਂ ਕਹਿ ਲਓ ਕਿ ਇਹ ਇਹਦਾ ਕੋਈ ਸਾਰਥਿਕਤਾ ਅੱਜ ਦੇ ਸਮੇਂ ਦੇ ਵਿੱਚ ਰਹੀ ਨਹੀਂ, ਕਿਉਂਕਿ ਰੈਂਟ ਬਹੁਤ ਜ਼ਿਆਦਾ ਕੁਛ ਥਾਵਾਂ ਦੇ ਉੱਤੇ। ਸੋ ਬੇਸਿਕਲੀ ਹੈ ਕਿ ਜਿਹੜੇ ਮਾਹਰ ਆ ਉਹ ਕਹਿੰਦੇ ਤੁਹਾਨੂੰ ਆਪਣੇ ਐਕਸਪੈਂਸ ਟਰੈਕ ਕਰਨੇ ਚਾਹੀਦੇ ਆ, ਫਿਰ ਤੁਸੀਂ ਕੁਛ ਨਾ ਕੁਛ ਕਰ ਸਕਦੇ। ਉਹਨਾਂ ਨੇ ਇੱਕ ਸਟੈਂਡਰਡ ਦਿੱਤਾ ਹੈ, ਮੰਨ ਲਓ ਤੁਹਾਡੀ $4,000 ਤੁਹਾਡੀ ਆਮਦਨ ਆ ਤੁਹਾਡੇ ਕੋਲ, ਤੁਸੀਂ ਘਰ $4,000 ਲੈ ਕੇ ਜਾਂਦੇ ਹੋ ਟੈਕਸ ਸਾਰੇ ਕੁਛ ਤੋਂ ਬਾਅਦ, ਉਹਦੇ ਵਿੱਚ ਉਹ ਦੱਸਦੇ ਕਿ ਇੱਕ ਬੰਦਾ ਜਿਹੜਾ ਲੈ ਕੇ ਜਾਂਦਾ ਅਤੇ ਇੱਕ ਬੰਦੇ ਦਾ ਹੀ ਖਰਚਾ, ਉਹਦਾ $300 ਗਰੋਸਰੀ ਦਾ ਹੋਣਾ ਚਾਹੀਦਾ, $100 ਕਾਰ ਦਾ ਇੰਸ਼ੋਰੈਂਸ, $300 ਕਾਰ ਦੀ ਪੇਮੈਂਟ ਜੇ ਉਹਨੇ ਕਾਰ ਰੱਖੀ ਹੈ, $400 ਉਹਦਾ ਜਿਹੜਾ ਸਟੂਡੈਂਟ ਲੋਨ ਡੈਟ ਹੋ ਸਕਦਾ ਆ, $280 ਹੈਲਥ ਇੰਸ਼ੋਰੈਂਸ ਦੇ ਹੋ ਸਕਦੇ ਆ, $300 ਉਹਨੇ ਮਹੀਨੇ 'ਚ ਕਿਤੇ ਬਾਹਰ ਵੀ ਖਾਣਾ ਆ, $200 ਦੀ ਗੈਸ, $150 ਦੀ ਜਿੰਮ, $100 ਦਾ ਤੁਹਾਡਾ ਇੰਟਰਟੇਨਮੈਂਟ ਜਾਂ ਹੋਰ ਤੁਸੀਂ ਕੋਈ ਐਪ ਉਪ ਸਬਸਕ੍ਰਾਈਬ ਕਰਦੇ ਹਾਂ, $200 ਦੇ ਤੁਸੀਂ ਕੱਪੜੇ ਲੈ ਲੈਂਦੇ ਹਾਂ, $70 ਦਾ ਤੁਹਾਡਾ ਐਵਰੇਜ ਫੋਨ, $50 ਜਿਹੜੀ ਹੈ ਹੋਮ ਸਪਲਾਈਜ਼ ਦੇ ਵਿੱਚ, ਅਤੇ $50 ਦੇ ਮੰਨ ਲਓ ਤੁਸੀਂ ਕਿਸੇ ਨੂੰ ਗਿਫਟ ਗੁਫਟ ਦਿੰਦੇ ਆ, ਅਤੇ ਬਾਕੀ ਜਿਹੜੀ ਬਚਦੀ ਹੈ ਫਿਰ ਉਹਨੂੰ $4,000 ਦੇ ਵਿੱਚੋਂ ਤੁਸੀਂ ਆਮਦਨ ਆ ਜਿਹੜੀ ਰੈਂਟ ਦੇਣਾ ਚਾਹੀਦਾ, ਜਿਹੜਾ ਕਿ 30% ਬਣਨਾ ਚਾਹੀਦਾ ਹੈ। ਪਰ ਇਹ ਫਿਗਰ ਇਸ ਵੇਲੇ ਹਿੱਲ ਚੁੱਕੀ ਆ, ਲੋਕ ਅੱਧੀ ਆਮਦਨ ਤੋਂ ਜ਼ਿਆਦਾ ਰੈਂਟ ਦੇ ਵਿੱਚ ਪੇ ਕਰ ਰਿਹਾ ਇੱਕ ਵੱਡੀ ਗਿਣਤੀ ਲੋਕਾਂ ਦੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।